ਜੀ ਅਸਲਾਮ ਵਾਲੇਕੁਮ ਦੋਸਤੋ, ਮੈਂ ਜ਼ੀਸ਼ਾਨ ਅਲੀ ਅਤੇ ਅੱਜ ਸਾਡੇ ਨਾਲ ਬੜੇ ਅੱਛੇ ਆਰਟਿਸਟ ਮੌਜੂਦ ਨੇ, ਬਹੁਤ ਬੜਾ ਨਾਮ, ਫੈਸਲਾਬਾਦ ਦੇ ਸੁਪਰ ਸਟਾਰ, ਔਰ ਉਹਨਾਂ ਦਾ ਨਾਮ ਜਿਹੜਾ ਜਿਸ ਡਰਾਮੇ 'ਤੇ ਲਿਖ ਦਿੱਤਾ ਜਾਂਦਾ ਹੈ ਉਸ ਡਰਾਮੇ ਨੂੰ ਕਾਮਯਾਬੀ ਦੀ ਜ਼ਮਾਨਤ ਸਮਝਿਆ ਜਾਂਦਾ ਹੈ। ਅਤੇ ਆਓ ਅੱਜ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ ਅਤੇ ਗੱਪ ਸ਼ੱਪ ਲਾਉਂਦੇ ਹਾਂ। ਅਤੇ ਮੇਰੀ ਮੁਰਾਦ ਹੈ ਸਾਡੇ ਫੈਸਲਾਬਾਦ ਦਾ ਬਹੁਤ ਬੜਾ ਨਾਮ ਤਸਲੀਮ ਅਬਾਸ ਉਰਫ ਰਕਸ਼ਾ, ਔਰ ਜਿਹਨਾਂ ਦੇ ਨਾਲ ਹਾਲ ਦੇ ਵਿੱਚ ਰੌਣਕ ਲੱਗ ਜਾਂਦੀ ਹੈ, ਇੰਝ ਲੱਗਦਾ ਜਿਵੇਂ ਤੁਸੀਂ ਲਾਰੀ ਅੱਡੇ ਬਹਿ ਗਏ, ਹਰ ਪਾਸਿਓਂ ਆਵਾਜ਼ ਆ ਰਹੀ ਹੁੰਦੀ ਹੈ, ਜਿਵੇਂ ਸਵਾਰੀਆਂ ਦੀ ਆਵਾਜ਼ ਹੁੰਦੀ ਹੈ, ਰਕਸ਼ੇ ਜੀ। ਅਲਹਮਦੁਲਿਲਾ ਫਸਟ ਕਲਾਸ, ਅਤੇ ਮਾਸ਼ਾਅੱਲਾ ਬੜਾ ਕੰਮ ਕਰ ਰਹੇ ਹੋ ਤੁਸੀਂ, ਬਹੁਤ ਸਾਰੇ ਐਸੇ ਚੈਨਲ ਨੇ ਜਿਹਦੇ ਵੀ ਖੋਲ੍ਹੀ ਦਾ ਅਤੇ ਕੋਈ ਨਾ ਕੋਈ ਤੁਹਾਡਾ ਪ੍ਰੋਗਰਾਮ ਲੱਗਾ ਹੁੰਦਾ ਹੈ, ਔਰ ਉਹਦੇ ਵਿੱਚ ਜਿਹੜੀ ਫਿਰ ਕੰਟੀਨਿਊਟੀ ਤੁਸੀਂ ਇਸਤੇਮਾਲ ਕਰਦੇ ਹੋ, ਔਰ ਉਹ ਐਸੀ ਨਹੀਂ ਹੁੰਦੀ ਕਿ ਤੁਸੀਂ ਐਵੇਂ ਦੋ ਚਾਰ ਗੱਲਾਂ ਕਰਨ ਤੋਂ ਬਾਅਦ ਬਿਲਕੁਲ ਹੀ ਹਾਨੋ ਜੇ ਹੋ, ਅਸਲ ਚੱਲਦੀ ਹੈ, ਬੜਾ ਮਜ਼ਾ ਆਉਂਦਾ, ਬੜਾ ਲੁਤਫ ਕਰ ਦੋ। ਅਸਲ ਦੇ ਵਿੱਚ ਨਾ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਨੂੰ ਦੇਖ ਰਹੇ ਨੇ ਬੜੀ ਖੁਸ਼ੀ ਹੋਈ, ਮੈਂ ਚੈਨਲ ਤਾਂ ਕਰਦੇ ਰਹੀਦਾ, ਔਰ ਅੱਲਾਹ ਪਾਕ ਜਿੱਥੇ ਜਿੱਥੇ ਨਿਜ਼ਾਮ ਸੋਹਣੇ ਰੱਬ ਨੇ ਲਿਖਿਆ ਜੀ ਬਿਲਕੁਲ ਉੱਥੇ ਤੋਂ ਜਾਣਾ, ਲੇਕਿਨ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਅੱਜ ਮੈਂ ਉਸਤਾਦ ਜੀ ਤੁਹਾਡੇ ਚੈਨਲ 'ਤੇ ਬੈਠਾ, ਤੁਹਾਡੇ ਨਾਲ ਮੇਰੀ ਗੱਲਬਾਤ ਹੋ ਰਹੀ ਹੈ ਜੀ, ਬੜੀ ਮੁਹੱਬਤ ਹੈ, ਸਿਖਾਇਆ ਵੀ ਤੁਹਾਡਾ ਹੀ ਹੈ, ਦੱਸਿਆ ਵੀ ਤੁਸੀਂ, ਅਤੇ ਤੁਹਾਡੇ ਸਾਹਮਣੇ ਥੋੜ੍ਹੀ ਜਿਹੀ ਜ਼ਰਾ ਘਬਰਾਹਟ ਮਹਿਸੂਸ ਹੁੰਦੀ ਗੱਲ ਕਰਨ ਲੱਗੇ। ਨਹੀਂ ਨਹੀਂ ਤਸਲੀਮ ਸਾਹਿਬ, ਤੁਹਾਡਾ ਬੜਾ ਪੰਨ ਹੈ, ਤੁਸੀਂ ਮਾਸ਼ਾਅੱਲਾ ਇਹ ਸਹਿ ਲਓ ਕਿ ਅਗਰ ਇਹਨਾਂ ਨੂੰ ਅਸੀਂ ਕਿਹਾ ਜਾਏ ਕਿ ਫੈਸਲਾਬਾਦ ਬਲਕਿ ਪਾਕਿਸਤਾਨ ਪੰਜਾਬ ਦੇ ਮਾਸ਼ਾਅੱਲਾ ਸਟਾਰ ਹੋ, ਜਿੱਥੇ ਜਿੱਥੇ ਡਰਾਮਾ ਹੁੰਦਾ ਹੈ, ਜਿੱਥੇ ਜਿੱਥੇ ਟੀ ਵੀ ਵੀਡੀਓ ਦੇਖਿਆ ਜਾਂਦਾ ਹੈ, ਉਹ ਅਮੈਰੀਕਾ 'ਚ ਵੀ ਵੇਖਿਆ ਜਾਂਦਾ ਹੈ, ਉਹ ਲੰਡਨ 'ਚ ਵੀ ਵੇਖਿਆ ਜਾਂਦਾ ਹੈ, ਉਹ ਫੈਸਲਾਬਾਦ ਵੀ ਵੇਖਿਆ ਜਾਂਦਾ, ਉੱਥੇ ਉੱਥੇ ਲੋਕ ਤੁਹਾਨੂੰ ਜਾਣਦੇ ਨੇ। ਔਰ ਹੁਣ ਤਾਂ ਸੈਟੇਲਾਈਟ ਨਿਜ਼ਾਮ ਬੜਾ ਅੱਛਾ ਹੋ ਗਿਆ ਕਿ ਤੁਸੀਂ ਇਹ ਦੇਖੋ ਨਾ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਅਤੇ ਥੋੜ੍ਹੀ ਦੇਰ ਬਾਅਦ ਇਹ ਆਉਣੇ ਜਾਏਗਾ ਅਤੇ ਸਾਰੀ ਦੁਨੀਆ ਤੁਹਾਨੂੰ ਵੇਖ ਰਹੀ ਹੋਏਗੀ। ਬਿਲਕੁਲ ਠੀਕ, ਔਰ ਬੜੇ ਬੜੇ ਆਲਾ ਦੇ ਦੌਰ ਦੇ ਵਿੱਚ ਉਸਤਾਦ ਜੀ ਜਿਹੜੀ ਸ਼ੋਹਰਤ ਲੈਣੀ ਹੈ ਨਾ ਬੜੀ ਆਸਾਨ ਹੋ ਗਈ ਹੈ, ਲੇਕਿਨ ਜਿਸ ਦੌਰ 'ਚ ਅਸੀਂ ਸਟਰਗਲ ਕੀਤੀ ਸੀ ਉਸ ਦੌਰ ਦੇ ਵਿੱਚ ਇਸ ਮੰਜ਼ਿਲ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਸੀ। ਬਿਲਕੁਲ ਬਿਲਕੁਲ, ਕਿਉਂਕਿ ਮੈਂ ਬੜੀ ਦੇਰ ਖਿਦਮਤ ਕੀਤੀ, ਚਾਵੇਂ ਢੋਈਆਂ, ਤੁਹਾਡੇ ਸਾਹਮਣੇ ਮੇਰੀ ਸਾਰੀ ਸਟਰਗਲ ਹੈ। ਹਾਂਜੀ, ਮੈਂ ਆਊਟਡੋਰ ਕਰਦਾ ਸੀ ਕਾੜਾ ਸਾਹਿਬਾਲ, ਅੱਲਾ ਬਖਸ਼ੇ ਚੌਰੀ ਅਸਗਰ ਸਾਹਿਬ ਜੀ ਜੀ, ਉਹਨਾਂ ਕੋਲ ਬੜੀ ਦੇਰ ਮੈਂ ਕੰਮ ਕੀਤਾ ਜੀ। ਬਿਲਕੁਲ, ਅਤੇ ਅਦਰ ਮਲਕ ਸਾਹਿਬ ਸਾਡੇ ਪਾਕਿਸਤਾਨ ਦੇ ਬਹੁਤ ਬੜੇ ਡਾਇਰੈਕਟਰ ਨੇ, ਮਾਸ਼ਾਅੱਲਾ ਦੀ ਦੁਨੀਆ ਦੇ, ਕਿਆ ਬਾਤ, ਅਸੀਂ ਉਸ ਦੌਰ 'ਚ ਉਹਨਾਂ ਦੇ ਸਟੂਡੈਂਟ ਰਹੇ, ਦੇਖੋ ਚੱਲ ਪਾਲਿਸ਼ ਕੀਤਾ ਜੀ। ਬਿਲਕੁਲ, ਅਸੀਂ ਫਿਰ ਜਦੋਂ ਫੈਸਲਾਬਾਦ ਆਇਆ ਅਤੇ ਫਿਰ ਉਸ ਤੋਂ ਅੱਜ ਤੁਸੀਂ ਮਿਲੇ। ਹਾਂਜੀ, ਦੇਖੋ ਜੀ, ਇੱਕ ਵਕਤ ਸੀਗਾ ਕਿ ਸਾਡੇ ਜਿਹੜੇ ਸੀਨੀਅਰ ਡਾਇਰੈਕਟਰ ਹਜ਼ਰਾਤ ਸੀ, ਤਸਲੀਮ ਸਾਹਿਬ, ਅਮਜਦ ਜਵੇਦ ਸਾਹਿਬ, ਤਾਰਿਕ ਜਵੇਦ ਸਾਹਿਬ, ਮੈਡਮ ਨਹੀਰ ਖਾਨਮ ਸਾਹਿਬਾ, ਔਰ ਜਿਹਨਾਂ ਦੀ ਅਸੀਂ ਖਿਦਮਤ ਕੀਤੀ ਹੈ, ਔਰ ਖਿਦਮਤ ਕਰਨ ਅਰਦਾਸ ਨਾਸਿਰ ਸਾਹਿਬ, ਮੁਸ਼ਤਾਕ ਸਾਥੀ ਸਾਹਿਬ, ਉਹਨਾਂ ਦੀ ਖਿਦਮਤ ਦਾ ਨਤੀਜਾ ਕਿ ਚਲੋ ਛੋਟੇ ਜਿਹੇ ਇੱਕ ਡਾਇਰੈਕਟਰ ਬਣ ਕੇ ਬੈਠੇ, ਲੇਕਿਨ ਮਾਸ਼ਾਅੱਲਾ ਜਿਹਨਾਂ ਦਾ ਤੁਸੀਂ ਨਾਮ ਲੈ ਰਹੇ ਹੋ, ਅੱਜ ਦੇ ਦੌਰ ਦੇ ਮਾਸ਼ਾਅੱਲਾ ਉਹ ਕਾਮਯਾਬ ਤਰੀਨ ਡਾਇਰੈਕਟਰ ਨੇ, ਅਜ਼ਮ ਮਲਕ ਸਾਹਿਬ ਜੀ, ਡਾਕਟਰ ਅਜਮਲ ਮਲਕ ਸਾਹਿਬ ਜੀ, ਅਤੇ ਆਪਣਾ ਆਜ਼ਾਦ ਹੈਦਰ ਸਾਹਿਬ, ਔਰ ਅਸੀਂ ਵੀ ਚਲੋ ਇੱਕ ਛੋਟੇ ਜਿਹੇ, ਉਹ ਫਿਰ ਜਦੋਂ ਮੈਂ ਕਾੜਾ ਸਾਹਿਬ ਵੱਲ ਕੀਤਾ ਨਾ, ਅਤੇ ਫਿਰ ਉਸ ਅੱਜ ਮੈਂ ਫੈਸਲਾਬਾਦ ਆਇਆ, ਰਕਸ਼ਾ ਹਿੱਟ ਹੋ ਗਿਆ, ਫਿਰ ਫੈਸਲਾਬਾਦ ਦੀ ਆਡੀਅੰਸ ਨੇ ਮੈਨੂੰ ਇੰਨਾ ਕੁ ਪਿਆਰ ਕੀਤਾ, ਇੰਨਾ ਕੁ ਪਿਆਰ ਕੀਤਾ, ਮੇਰੀਆਂ ਦੁਆਵਾਂ ਉਹਦੇ ਨਾਲ ਹੈ,
ਉਹਨਾਂ ਨੇ ਬੜੀ ਮੁਹੱਬਤ ਕੀਤੀ। ਤਸਲੀਮ ਅਬਾਦ ਸਾਹਿਬ ਮਤਲਬ ਸਾਹੀਵਾਲ ਤੁਸੀਂ ਬੜਾ ਕੰਮ ਕੀਤਾ ਹੈ ਅਜ਼ਮ ਮਲਿਕ ਸਾਹਿਬ ਦੀ ਡਾਇਰੈਕਸ਼ਨ 'ਚ, ਔਰ ਉਸ ਦੌਰ ਦੇ ਵਿੱਚ ਐਸਾ ਸੀਗਾ ਕਿ ਫੈਸਲਾਬਾਦ 'ਚ ਕੁਛ ਦੇਰ ਲਈ ਬੰਦ ਵੀ ਹੋ ਗਿਆ ਸੀ। ਜੀ ਜੀ, ਅਤੇ ਉਸ ਦੌਰਾਨ ਦੀ ਗੱਲ ਕਰ ਰਹੇ ਹੋ ਜਾਂ ਤੁਸੀਂ ਉਸ ਤੋਂ ਪਹਿਲਾਂ ਨਹੀਂ ਕਰ ਰਹੇ? ਨਹੀਂ, ਸਾਂਝੀ ਉਸ ਦੌਰਾਨ ਦੀ ਗੱਲ ਹੈ ਜਦੋਂ ਮੈਂ ਵਨ ਮੈਨ ਸ਼ੋਅ ਕਰਦਾ ਹੁੰਦਾ ਸੀ ਅਤੇ ਫਿਰ ਮੈਂ ਉਹਦੇ 'ਚ ਲੱਗਿਆ। ਅੱਛਾ, ਫੈਸਲਾਬਾਦ ਆਓ ਤੁਸੀਂ ਵਾਪਸ। ਅੱਛਾ, ਫੈਸਲਾਬਾਦ ਜਦੋਂ ਮੈਂ ਆਇਆ ਤਾਂ ਉਹ ਡਰਾਮਾ ਨਾ ਮੇਰਾ ਸਾਂਝੀ ਹੋਏ ਬੜਾ ਅੱਛਾ ਗਿਆ ਰਕਸ਼ੇ ਦਾ, ਆਡੀਅੰਸ ਨੇ ਪਿਆਰ ਇੰਨਾ ਕੀਤਾ, ਮੁਹੱਬਤ ਇੰਨੀ ਕੀਤੀ, ਫਿਰ ਮੈਂ ਉਦੋਂ ਦਾ ਹੀ ਕੰਮ ਕਰ ਰਿਹਾ ਅਤੇ ਅਲਹਮਦੁਲਿਲਾ ਮੈਂ ਅੱਜ ਵੀ। ਬਸ ਬਾਤ ਇਹ ਹੈ ਕਿ ਜੀ ਜਦੋਂ ਮਾਲਕ ਦਾ ਕਰਮ ਹੋ ਜਾਏ, ਔਰ ਜਦੋਂ ਮਾਲਕ ਦਾ ਕਰਮ ਹੁੰਦਾ ਫਿਰ ਪਬਲਿਕ ਵੀ ਪਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ। ਤੁਸੀਂ ਕਦੀ ਐਸਾ ਕੋਈ ਵਾਕਿਆ ਸੁਣਾਓ ਜ਼ਿੰਦਗੀ ਦਾ ਕਿ ਤੁਸੀਂ ਕਿਤੇ ਬਾਜ਼ਾਰ ਜਾ ਰਹੇ ਹੋ ਉੱਥੇ ਵੀ ਤੁਹਾਨੂੰ ਕੋਈ ਦੁਸ਼ਵਾਰੀ ਹੋਈ ਹੈ ਕਦੀ? ਇੱਕ ਦਿਨ ਚਾਂਦ ਰਾਤ ਸੀ। ਅੱਛਾ ਜੀ। ਅਤੇ ਬਸ ਉਹਨਾਂ ਨੇ ਕਿਹਾ ਕਿ ਮੈਨੂੰ ਉਹਨਾਂ, ਮੈਂ ਕਿਹਾ ਮੈਂ ਤੈਨੂੰ ਆਪਣੀ ਪਸੰਦ ਦਾ ਸੂਟ ਲੈ ਕੇ ਦਿੰਦਾ, ਤੂੰ ਮੇਰੇ ਨਾਲ ਚੱਲ। ਅੱਛਾ, ਬਾਜ਼ਾਰ ਗਿਆ ਮੈਂ। ਅੱਛਾ, ਉਹ ਜਦੋਂ ਬਾਜ਼ਾਰ ਲੰਘੇ ਆ ਨਾ ਤੂੰ ਹਰ ਪਾਸੇ ਰਕਸ਼ਾ 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 ਰਕਸ਼ਾ। ਉਹ ਕਹਿੰਦੀ ਤੁਸੀਂ ਤਾਂ ਕਹਿ ਰਹੇ ਸੀ ਇਹਨਾਂ ਨੇ ਬੜੀ ਇੱਜ਼ਤ ਦਿੱਤੀ ਹੈ, ਹੈਂ ਚੰਗੇ ਭਲੇ ਤੁਸੀਂ ਮਾਸ਼ਾਅੱਲਾ ਖੂਬਸੂਰਤ ਮੂੰਹ ਮੱਥੇ ਲੱਗਦੇ ਹੋ ਅਤੇ ਇਹ ਲੋਕ ਬਿਮਾਰੀ ਪੈਣੇ ਸਿਰ ਰਕਸ਼ਾ ਕਹੀ ਜਾ ਰਹੇ, ਹੁਣ ਤਮੀਜ਼ ਨਹੀਂ ਹੈਗੀ, ਚੰਗੇ ਭਲੇ ਇਨਸਾਨ ਉਹ ਉੱਥੇ ਫੇਰ ਗਈ। ਅੱਛਾ ਜੀ। ਫਿਰ ਮੈਂ ਤਾਂ ਅੱਗੇ ਜਾਣਾ ਹੀ ਨਹੀਂ, ਗੱਡੀ ਤੇ ਜਾ ਰਿਹਾ ਤਸਲੀਮ ਸਾਹਿਬ ਤੇ ਮੈਂ ਇੱਕ ਦਫਾ ਜਾ ਰਿਹਾ ਤੇ ਗੱਡੀ ਤੇ ਜਾ ਰਿਹਾ, ਉਹਨੇ ਕਦੇ ਗੱਡੀ ਰੋਕੀ ਹੈ, 30 ਲੱਖ ਰੁਪਏ ਦੀ ਗੱਡੀ ਹੋਏਗੀ ਉਹਦੇ ਥੱਲੇ, 2.5 ਲੱਗੀ ਸ਼ੀਸ਼ਾ ਥਲਕੇ ਨੀਚੇ ਕੀਤਾ ਉਹਨੇ ਤੇ ਸ਼ੀਸ਼ਾ ਨੀਚੇ ਕਰਕੇ ਕਹਿੰਦਾ ਰਕਸ਼ਾ ਹੀ ਹੋਏ ਤੇ ਕਹਿ ਕੇ ਰੇਸ ਦੀ ਦੌੜ ਗਿਆ। ਮੈਂ ਚਲਾਮ ਕਲੱਬ ਮਤਲਬ ਪ੍ਰੋਗਰਾਮ ਸੀ ਇੱਕ ਅਤੇ ਉੱਥੇ ਲਾਹੌਰ ਦੀ ਕਾਸਟ ਆਈ ਸੀ ਬਰਾਰੋ ਲੱਕ ਵਗੈਰਾ ਜੀ ਉਹ, ਅਤੇ ਫੈਸਲਾਬਾਦ ਉੱਥੇ ਮੈਂ ਗਿਆ ਸੀ ਵਨ ਮੈਨ ਸ਼ੋਅ ਵਾਸਤੇ, ਅਤੇ ਜਦੋਂ ਮੈਂ ਉਸਤਾਦ ਜੀ ਬਾਹਰ ਨਿਕਲਿਆ ਨਾ ਅਤੇ ਮੈਂ ਪੈਦਲ ਹੀ ਰਾਊਂਡ ਕੀਤਾ ਬਾਹਰ, ਉਹ ਇੱਕ ਗੱਡੀ ਸੀ ਅਤੇ ਉਹਦੇ ਵਿੱਚੋਂ ਫੈਮਿਲੀ ਸੀ, 2-3 ਬੱਚੇ ਸੀ ਬਾਹਰ ਹੀ ਖੜ੍ਹੇ ਸੀ। ਅੱਛਾ। ਅਤੇ ਇੱਕ ਬੰਦਾ ਸਿਆਣਾ ਬਿਆਣਾ ਐਨਕ ਲਾਈ ਉਹਨੇ ਅਤੇ ਉਹ ਮੈਨੂੰ ਕਹਿੰਦਾ ਰਕਸ਼ੇ ਅਤੇ ਗੱਡੀ ਪਿੱਛੇ ਰੋਕ ਗਈ। ਠੀਕ ਹੈ, ਉਹ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਬੱਚੇ ਨਜ਼ਰ ਆਉਣ ਗੱਡੀ ਦੇ ਪਿੱਛੇ, ਮੈਂ ਕਿਹਾ ਯਾਰ ਇਹ ਬੰਦਾ ਕਿੱਥੇ, ਉਹ ਖੈਰ ਮੈਂ ਤੁਰੇ ਜਾਂਦਾ, ਫਿਰ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਕਹਿਣ ਨੂੰ ਫਿਰ ਉੱਠੇ ਅਤੇ ਮੈਂ ਵੇਖ ਕੇ ਮੈਂ ਕਿਹਾ ਯਾਰ ਵੇਖ ਉਹਨੂੰ ਕੀ ਸ਼ੌਕ ਆ, ਬੀਵੀ ਬੱਚੇ ਉਹਦੇ ਨਾਲ ਆ, ਵੀ ਤੂੰ ਮੈਨੂੰ ਫੇਰ ਹੀ ਕਹਿ ਲਾ ਆ ਗਿਆ। ਉਹ ਫਿਰ ਮੈਨੂੰ ਬੜੀ ਖੁਸ਼ੀ ਹੋਈ, ਮੈਂ ਕਿਹਾ ਯਾਰ ਚਲੋ ਸੋਬਰ ਪੜ੍ਹੇ ਲਿਖੇ ਲੋਕ ਵੀ ਪਿਆਰ ਕਰਦੇ ਨੇ, ਮੁਹੱਬਤ ਕਰਦੇ। ਅੱਛਾ, ਤਸਲੀਮ ਅਬਾਦ ਸਾਹਿਬ ਮੇਰੇ ਸੁਣਨ 'ਚ ਆਇਆ, ਦੇਖਿਆ ਵੀ ਮੈਂ, ਮੇਰੀ ਤਾਂ ਸਿਟਿੰਗ ਰਹੀ ਹੈ, ਮੈਂ ਸਿਰਫ ਆਪਣੇ ਦੇਖਣ ਵਾਲਿਆਂ ਨੂੰ ਦੱਸਣਾ ਚਾਹ ਰਿਹਾ ਕਿ ਮੁਖਤਲਿਫ ਕਾਪੀਆਂ ਜਿਹੜੀਆਂ ਨੇ ਤੁਸੀਂ ਮੁਖਤਲਿਫ ਫਨਕਾਰਾਂ ਦੀਆਂ ਵੀ, ਮੁਖਤਲਿਫ ਲੋਕਾਂ ਦੀਆਂ ਵੀ, ਤਕਰੀਬਨ 100 ਕਾਪੀ ਯਾਦ ਹੈ। ਮੈਂ ਤਾਂ ਆਪਣੇ ਦਫਾ ਵਾਸਤੇ ਕਾਪੀਆਂ ਸ਼ਾਨ ਸਾਹਿਬ ਕਰਦਾ ਸੀ, ਉਹ ਇਸ ਵਾਸਤੇ ਕਿ ਜਦੋਂ ਮੈਂ ਨਵਾਂ ਨਵਾਂ ਆਇਆ ਨਾ ਅਤੇ ਮੈਂ ਡਰੈਸਿੰਗ ਵੀ ਆਪਣੀ ਡਰਾਮੇ ਚ ਵੇਖਦੇ ਆ ਨਾ ਇਹਦਾ ਨਾਂ ਆਇਆ, ਇਹ ਕੱਪੜੇ ਵੀ ਅੱਛੇ ਪਾਉਂਦਾ ਆ, ਕੀ ਹੈ ਕੰਮ ਵੀ ਇਹਦਾ ਕੋਈ ਨੀ ਹੈਗਾ, ਕੀ ਮਸਲਾ ਕੀ? ਉਹਨਾਂ ਨੇ ਜਦੋਂ ਮੈਂ ਜਾਣਾ ਮੈਨੂੰ ਹੂਟ ਕਰਨਾ, ਜਦੋਂ ਮੈਂ ਜਾਣਾ ਕੋਈ ਨਾ ਕੋਈ ਇਹਨਾਂ 5-7 ਬੰਦਿਆਂ ਨੇ ਮੈਨੂੰ ਵੇਖ ਕੇ ਇਕੱਠਿਆਂ ਹੋ ਜਾਣਾ, ਇੱਕ ਦੂਸਰੇ ਨੂੰ ਅੱਖਾਂ ਮਾਰ ਕੇ ਉਹਨਾਂ ਨੇ ਮੈਨੂੰ ਘੇਰ ਲੈਣਾ, ਦੇ ਤੇਰੇ ਦੀ ਜੁਗਤਾਂ ਦੇ ਤੇਰੇ ਦੀ, ਮੈਨੂੰ ਇੰਨੀਆਂ ਨਹੀਂ ਸੀ ਆਉਂਦੀਆਂ।
ਬੜਾ ਮੈਂ ਆਵਾਜ਼ਾਰ ਹੋਇਆ, ਬੜਾ ਡਿਸਟਰਬ ਹੋਇਆ। ਮੈਂ ਕਿਹਾ ਯਾਰ ਲਾ ਮੈਨੂੰ ਕੋਈ ਹਾਲ ਦੱਸ, ਇਹਨਾਂ ਨੂੰ ਮੈਂ ਇਕੱਲੇ ਇਕੱਲੇ ਨੂੰ ਕਿੱਦਾਂ ਸਮਝਾਵਾਂ। ਉਹ ਖੈਰ ਮੇਰੇ ਨਾ ਇੱਕ ਵਾਰੀ ਜ਼ਿਹਨ 'ਚ ਬੈਠੇ ਬੈਠੇ ਨਾ ਇੰਝ ਆਇਆ ਕਿ ਮੈਂ ਉਹਨਾਂ ਦੇ, ਅੱਲਾ ਨੇ ਫਿਰ ਮੇਰੇ ਉਹਨਾਂ ਨੇ ਕੀ ਕਮਜ਼ੋਰੀ ਦਿੱਤੀ ਕਿ ਉਹਨਾਂ ਦੇ ਮੈਂ ਵਾਲਦ ਸਾਹਿਬ ਦੀ, ਚਾਚੇ ਦੀ, ਤਾਏ ਦੀ, ਜਿਹੜਾ ਬੋਲਦਾ ਸੀ ਮੈਂ ਉਹਨਾਂ ਦੀ ਕਾਪੀਆਂ ਕਰਨੀ ਸ਼ੁਰੂ ਹੋ ਗਈ। ਉਹ ਜਦੋਂ ਕਾਪੀ ਇੰਜਦੀ ਹੋਈ ਹੈ ਫਿਰ ਮੈਨੂੰ ਮਤਲਬ ਇੰਨਾ ਕੋਨਫੀਡੈਂਸ ਹੋ ਗਿਆ ਕਾਪੀ 'ਤੇ ਕਿ ਇੰਟਰਨੈਸ਼ਨਲ ਪਾਕਿਸਤਾਨ ਦੇ ਨਾਮ ਨੇ ਨਜ਼ਾਕਤ ਅਲੀ ਦਰਦ ਰੁਕਤਾ ਨਹੀਂ, ਉਹਨਾਂ ਨਾਲ ਮੈਂ ਬੜਾ ਹਾਸਾ ਕੱਢਿਆ, ਠੀਕ ਹੈ ਨਾ ਜੀ। ਫਿਰ ਇੱਕ ਮੁਹੱਲੇ ਦੇ ਵਿੱਚ ਬਜ਼ੁਰਗ ਸੀ, ਉਹਦਾ ਮੁੰਡਾ ਵੀ ਮੈਨੂੰ ਬਹੁਤ ਜੁਗਤਾਂ ਕਰਦਾ। ਮੈਂ ਉਹਦੇ ਅੱਬੇ ਦੀ ਕਾਪੀ ਕੀਤੀ, ਉਹ ਕਾਪੀ ਇੰਜ ਦੀ ਕੀਤੀ ਕਿ ਉਹਦੇ ਅੱਬੇ ਦੀ ਆਵਾਜ਼ 'ਚ ਮੈਂ ਆਵਾਜ਼ ਮਾਰੀ ਤਾਂ ਉਹਦਾ ਪੁੱਤਰ ਹੀ ਉੱਠ ਕੇ ਬਾਹਰ ਆ। ਫਿਰ ਮੈਂ ਇੱਦਾਂ ਗਿਆ ਹਮਾਮ 'ਤੇ, ਉਹਦੇ ਵਾਲਦ ਸਾਹਿਬ ਦਾ ਹਮਾਮ ਸੀ ਪੁੱਤਰ ਦਾ, ਅਤੇ ਵਾਲਦ ਸਾਹਿਬ ਨੂੰ ਅੱਖਾਂ ਨੂੰ ਦੇਖਦਾ ਨਹੀਂ ਸੀ, ਅਤੇ ਉਹਨੂੰ ਲੈ ਕੇ ਹਮਾਮ 'ਚ ਆਇਆ। ਇੱਧਰਲੇ ਗੁਸਲਖਾਨੇ 'ਚ ਉਹ ਵੜ ਗਿਆ, ਇੱਧਰਲੇ 'ਚ ਮੈਂ ਵੜ ਗਿਆ, ਦੋਨੋਂ ਸਾਈਡਾਂ ਦੇ ਅੰਦਰ ਛੱਡ ਕੇ ਚਲੇ ਗਿਆ। ਪਿੱਛੇ ਕੰਮ ਹੋਏਗਾ, ਉਹ ਹਮਾਮ 'ਚ ਛੱਡ ਕੇ ਉਹਨੂੰ ਚਲੇ ਗਿਆ। ਉਹਨੂੰ ਜ਼ਾਹਰਾ ਵਾਲਦ ਸਾਹਿਬ ਨੇ ਇਸ ਗੁਸਲਖਾਨੇ 'ਚ ਵੜਨਾ, ਉਹਨੂੰ ਕਨਫਰਮ ਨਹੀਂ ਪਤਾ ਸੀ ਕਿਹੜੇ 'ਚ। ਇੱਧਰ ਉਹ ਵੜ ਗਿਆ ਨਹਾਉਣ ਵਾਸਤੇ, ਉੱਧਰ ਮੈਂ ਵੜ ਗਿਆ। ਉੱਥੇ ਹੁਣ ਵੱਡੀ ਦੁਨੀਆ, ਖਾਨ ਸਾਹਿਬ, ਬਰੀਕ ਲੋਕ ਇਕੱਠੇ ਹੋਏ। ਉਹਨਾਂ ਨੇ ਮੈਨੂੰ ਕਿਹਾ, ਮੈਂ ਕਿਹਾ ਯਾਰ ਮੈਨੂੰ ਇੱਥੇ ਕੁੱਟਣਾ ਉਹਨੇ ਫੜ ਕੇ ਉਹਦੇ ਮੁੰਡੇ ਨੇ। ਉਹਨੇ ਕਿਹਾ ਯਾਰ ਅਸੀਂ ਜੋ ਬੈਠੇ ਸਾਡੇ ਉੱਤੋਂ ਹੋ ਗਏ ਆਉਣਾ ਨਾ, ਜਿਹਨੇ ਵੀ ਆਉਣਾ। ਮੈਨੂੰ ਵੀ ਕੋਨਫੀਡੈਂਸ ਸੀ, ਅੱਲਾ ਬਖਸ਼ੇ ਬਲਕਿ ਹੁਸੈਨ ਪੱਖੀ, ਬੜਾ ਦਲੇਰ ਆਦਮੀ ਬਾਈ ਜੁਗੇ ਤੁਸੀਂ ਸੁਣਿਆ, ਆਲਾ ਦੁਨੀਆ ਬੜੇ ਲੋਕ, ਅਤੇ ਉਹ ਸਾਰੇ ਬੈਠੇ। ਮੈਂ ਕਿਹਾ ਯਾਰ ਮੈਨੂੰ ਕੁਛ ਵੀ ਨਹੀਂ ਕਹਿਣਾ, ਉਹ ਇੱਧਰ ਉਹ ਵੜ ਗਿਆ, ਇੱਧਰ ਉਹ ਵੜ ਗਏ। ਉਹਦੇ ਬਾਪ ਨੇ, ਪੁੱਤਰ ਉਹਦਾ ਸ਼ੇਵ ਕਰ ਰਿਹਾ, ਤੇ ਉਹਦੇ ਬਾਪ ਨੇ ਉਹਨੂੰ ਕਿਹਾ, ਲਾਇਆ ਵੇ ਮਹਿੰਗੇ ਤਾਲੀਆ ਲਾਇਆ। ਉਹਨਾਂ ਨੇ ਨਿਸ਼ਾਨ ਸਾਹਿਬ ਤੌਲੀਆ ਰੱਖ ਦਿੱਤਾ ਆਪਣੇ ਵਾਲਦ ਸਾਹਿਬ। ਅੱਛਾ ਜੀ, ਮੈਨੂੰ ਪਤਾ ਲੱਗ ਗਿਆ। ਮੈਂ ਕਿਹਾ ਤੌਲੀਆ ਦੇਣਾ ਆ ਜਾਂ ਨਹੀਂ, ਉਹਨੂੰ ਕੋਨਫੀਡੈਂਸ ਹੋ ਗਿਆ ਕਿ ਇੱਧਰ ਨੇ। ਅੱਛਾ, ਉਹਨਾਂ ਦੇ ਵਾਲਦ ਸਾਹਿਬ ਇੱਧਰ ਅਸਲ ਇੱਧਰਲੇ ਗੁਸਲਖਾਨੇ 'ਚ, ਤੇ ਤੁਸੀਂ ਬਰਾਬਰ ਦੂਸਰੇ, ਮੈਂ ਦੂਸਰੇ 'ਚ। ਉਹਨਾਂ ਦੇ ਵਾਲਦ ਸਾਹਿਬ ਨੇ ਕਿਹਾ ਕਿ ਵੀ ਲਾਇਆ, ਮੈਂ ਕਿਹਾ ਤੌਲੀਆ ਲਾਇਆ, ਉਹਨੇ ਤੌਲੀਆ ਰੱਖ ਦਿੱਤਾ ਆਪਣੇ ਵਾਲਦ ਸਾਹਿਬ। ਆਪਣੇ ਵਾਲਦ ਸਾਹਿਬ ਠੀਕ ਹੈ, ਹੁਣ ਇੱਧਰ ਮੈਂ ਆਇਆ। ਉਸ ਤੋਂ ਬਾਅਦ ਤੁਸੀਂ ਆਵਾਜ਼, ਮੈਂ ਕਿਹਾ ਤੌਲੀਆ ਦਊਂਗਾ ਜਾਂ ਬਾਹਰ ਆਵਾਂ। ਆਪਾਂ ਦੇ ਰਿਹਾ, ਉਹਨੇ ਤੌਲੀਆ ਮੇਰੇ ਵੱਲੋਂ ਚੁੱਕਿਆ, ਉਹਦੇ ਵੱਲੋਂ ਚੁੱਕਿਆ ਤੇ ਮੇਰੇ ਰੱਖ ਦਿੱਤਾ। ਹੁਣ ਉਹਦਾ ਅਸਲ ਆਪਾਂ ਕਹਿ ਰਿਹਾ, ਤੌਲੀਆ ਦੇ ਕੇ ਚੁੱਕਦਾ ਆ। ਜਿਹੜਾ ਹੈਗਾ ਉਹ ਜਦੋਂ ਕਾਪੀ ਇੰਜ ਦੀ ਹੋਈ ਹੈ ਨਾ, ਉਹਦੇ ਵਾਲਦ ਸਾਹਿਬ ਬਾਹਰ ਆ ਗਏ। ਹੁਣ ਜਿਹਨਾਂ ਨੇ ਮੈਨੂੰ ਛਡਾਉਣਾ ਸੀ ਇਹਨਾਂ, ਉਹ ਡਿੱਗ ਪਏ ਨੇ ਸਾਰੇ। ਹੁਣ ਜੇ ਤਾਕਤਾਂ ਖਤਮ ਹੋਈਆਂ ਕਿ ਮੂੰਹ ਹੀ ਅੱਡੇ, ਤੇ ਹਾਸਾ ਵੀ ਨਹੀਂ ਆ ਰਿਹਾ ਉਹਨਾਂ ਨੂੰ ਕਿ ਇੰਨਾ ਕੁ ਕਾਪੀ ਜੈਨਵਨ ਲੱਗੀ ਉਹਨਾਂ ਨੂੰ, ਕਿ ਯਾਰ ਉਹਨਾਂ ਨੇ ਬੇਟੇ ਨੇ ਨੀ, ਉਹਨੂੰ ਨੀ ਪਤਾ ਲੱਗਾ, ਚਲੋ ਸਾਡੀ ਤੋਂ ਲਹਿਦਾ ਗੱਲ। ਹੁਣ ਮੈਂ ਵੇਖਾਂ, ਮੈਂ ਕਿਹਾ ਮੈਂ ਕਿੱਦਾਂ ਬਾਹਰ ਆ। ਉਹਨੂੰ ਪਤਾ ਲੱਗ ਗਿਆ ਕਿਉਂਕਿ ਉਹਨੂੰ ਪਤਾ ਸੀ ਕਿ ਮੇਰੇ ਇਹਨਾਂ ਬਾਪ ਦੀ ਕਾਪੀ ਕਰ ਰਿਹਾ, ਇਹਨੇ ਮੇਰੇ ਹੱਥ ਆ ਲੈ ਦਿੱਤੇ। ਬਿਲਕੁਲ ਸਹੀ, ਠੀਕ ਹੈ। ਲੋ ਜੀ ਕੀ ਹੋਇਆ, ਮੈਂ ਇੰਜ ਕਰਕੇ ਚਾਂਦ ਰਾਤ ਮੈਂ ਦਰਵਾਜ਼ਾ ਪਰੇ ਕੀਤਾ ਤੇ ਮੈਂ ਦੌੜਿਆ। ਅੱਛਾ, ਤੇ ਪਿੱਛੇ ਪਿੱਛੇ ਉਹ ਆ ਮਿਆਸੀਆ, ਆ ਮਿਆਸੀਆ ਇੱਥੇ ਰਿਹਾ, ਲੋਤੀਆਂ ਸਾਡੀਆਂ ਖਾਵੇ, ਸਾਡੇ ਸਾਰੇ ਪਾਰੇ ਸਾਡੀ ਹੋਇਆ, ਤੇ ਆ ਮਿਆਸੀਆ ਜਾਈ ਰਹਾ ਹੈ, ਆ ਮਿਆਸੀਆ। ਤੇ ਮੈਂ ਅੱਗੇ ਅੱਗੇ ਜਾ ਰਿਹਾ।
ਠੀਕ ਹੈ ਸਾਲ ਜੀ ਉਹਨੇ ਮੈਨੂੰ ਕੋਈ ਤਿੰਨ ਚਾਰ ਗਲੀਆਂ ਭਰਾਈਆਂ, ਇੰਨਾ ਸ਼ੁਕਰ ਸੀ ਕਿ ਮੈਂ ਉਹਦੇ ਹੱਥ ਨਹੀਂ ਆਇਆ, ਬੰਦੇ ਕਿਤੇ ਉਹ ਕਿਤੇ ਉਹ, ਫਿਰ ਨਾ ਜਦੋਂ ਉਹਨੇ ਵੇਖਣਾ ਨਾ ਕਿਤੇ ਵੀ ਮਹਿਫਲ 'ਚ ਖਲੋਤੇ ਤਾਂ ਉਹਨੇ ਮੈਨੂੰ ਦੂਰੋਂ ਹੀ ਇੰਜ ਕਰਨਾ, ਨਹੀਂ ਤਾਂ ਉਹ ਮੈਨੂੰ ਜੀਣ ਨਹੀਂ ਸੀ ਦਿੱਤਾ ਜੁਗਤਾਂ ਕਰ। ਫਿਰ ਉੱਥੇ ਹੋਰ ਵੀ ਕਾਫੀ ਕਰੈਕਟਰ ਸੀ ਮਾਸ਼ਾਅੱਲਾ, ਆਪਣੇ ਲਗੋਟੀਏ ਯਾਰ ਵੀ ਆ, ਭਰਾ ਵੀ ਹੈ, ਅਪਲ ਕਬਾੜੀਆ ਹੋਇਆ, ਸਫਾ ਕਬਾੜੀਆ, ਬਾਬਾ ਜੀ ਹੋਏ, ਹਾਂ ਠੀਕ ਹੈ, ਪਾਤਸ਼ਾਹੀ ਦੀ ਅੱਲਾ ਬਖਸ਼ੇ, ਇਹ ਲੋਕ ਬੜੇ ਉੱਥੇ ਦੇ ਮਸ਼ਹੂਰ ਲੋਕ ਜਿਹਨਾਂ ਨੇ ਨਾਂ ਤੋਂ ਚੁੱਗੀ ਦਾ ਨਾਂ ਵੱਜਦਾ ਹੈ, ਬੜੀ ਜੁਗਤ ਹੁੰਦੀ ਉਦੋਂ ਉਹ ਲੋਕ ਹੁੰਦੇ ਸੀ। ਅੱਛਾ ਤਸਲੀਮ ਸਾਹਿਬ, ਇੱਕ ਮੈਂ ਕਾਫੀ ਮੇਰੇ ਖਿਆਲ ਕਿਤੇ ਵੀ ਨਹੀਂ ਹੋਈ, ਕਿਸੇ ਚੈਨਲ ਮੈਂ ਨਹੀਂ ਕੀਤੀ, ਮੈਂ ਨਹੀਂ ਕੀਤੀ। ਇੱਕ ਆਈਟਮ ਸ਼ਾਇਦ ਜ਼ਿਹਨ 'ਚ ਹੋਵੇ, ਉਹ ਇੱਕ ਪਠਾਨ ਵਾਲੀ ਆਈਟਮ ਤੁਸੀਂ ਕਰਦੇ ਹੋ। ਮੈਂ ਪਠਾਨ ਵਾਲੀ ਇਹ ਕੀਤੀ ਸੀ ਕਿ ਪਠਾਨ ਲੋਕ ਜਿਹੜੇ ਆ ਨਾ ਉਹਨਾਂ ਦੀ ਲੇਟ ਗੱਲ ਸਮਝ ਆਉਂਦੀ, ਖਾਸ ਕਰਕੇ ਲੰਡੇ ਵਾਲੇ ਲੋਕ। ਹੁਣ ਇੱਕ ਪਠਾਨ ਆ ਦੋ ਤਿੰਨ ਜਿਹੜੇ ਬੈਠੇ ਨੇ ਤੇ ਲੰਡਾ ਲਾਇਆ। ਅੱਛਾ ਠੀਕ ਹੈ, ਉਹਨਾਂ ਨੂੰ ਫੋਨ ਸੁਣਦਾ ਨਹੀਂ ਉਸਤਾਦ ਜੀ ਪਤਾ, ਠੀਕ ਹੈ, ਸਿੱਧੀ ਉਹਨਾਂ ਦਾ ਆਪਣਾ ਸਟਾਈਲ, ਆਪਣੀ ਗੁਫ਼ਤਗੂ ਆ, ਠੀਕ ਹੈ। ਹੁਣ ਉਹਨੇ ਗਾਹਕ ਨੂੰ ਵੀ ਡੀਲ ਕਰਨਾ ਹੈ, ਫੋਨ ਵੀ ਸੁਣ ਰਿਹਾ ਹੈ। ਇੱਕ ਬੰਦਾ ਆਇਆ ਤੂੰ ਉਹ ਨਾ ਜਦੋਂ ਘੱਟ ਕਰਾਉਣਾ ਹੁੰਦਾ ਉਦੋਂ ਕਿਤੇ ਇਹਨਾਂ ਕੋਲ ਆ ਜਾਂਦਾ ਸੀ ਪਠਾਨ, ਫੋਨ ਵੀ ਆ ਗਏ, ਠੀਕ ਹੈ, ਹੁਣ ਗੱਲ ਵੀ ਕਰ ਰਿਹਾ ਫੋਨ ਤੇ, ਠੀਕ ਹੈ ਕਿ ਨਹੀਂ। ਹੈਲੋ, ਆ ਤਮਾ ਖਰਸੀ ਹੋ ਦੇਖੋ ਮਾ ਖੰਜੇ ਨਾਲ ਲਗਾ ਲਾ ਰਾ ਮਾ ਕੁਝ ਹੋ ਆ ਬੰਦਾ ਕਹਿ ਰਿਹਾ ਕੀ ਹੈ ਕਿੰਨੇ ਯਾਰ ਤਾਂ ਮੈਂ ਖਰਾ ਸਰ ਨਾ 300 ਰੁਪਏ ਦਾ ਖਰਚੀ ਉਹ ਦੌੜ ਮੈਂ ਖਰਾ ਰਤ ਨਹੀਂ ਨਾ ਤਾਂ ਬਾ ਖਰਾ ਤੇ ਦਿਮਾਗ ਯਾਰ ਦਿਮਾਗ ਦਾ ਪੱਖ ਸਰ ਨਾ ਤਾਂ 250 ਦਾ ਖਰਚ ਸਰ ਨਾ ਆ ਉਹ ਇੰਨੀ ਦੇਰ ਨੂੰ ਮਨਾ ਉਹ ਕਰੈਕਟਰ ਆ ਕੱਟ ਕਰਾਉਣਾ ਕਹਿੰਦਾ ਜਮਾ ਕਰ ਸਰ ਨਾ ਗਾਹਕ ਦਾ ਪੱਖ ਸਰ ਨਾ ਗੱਠ ਕਰ ਦੇ ਗੱਠ ਕਰ ਦੇ ਜਮੀਨ ਰੇ ਜਮਾ ਖਾ ਲੈਣ ਹੁਣ ਫੌਜਗੀ ਦਾ ਆਉਣਾ ਹੈ ਉਹਦੇ ਨੈਣ ਨਕਸ਼ਾ ਤੋਂ ਪਤਾ ਲੱਗਣਾ ਵੀ ਖਤਰਨਾਕ ਵੱਡਾ ਬਾਈ ਦਾ ਖਸੀ ਨਿੱਕੇ ਨਿੱਕੇ ਬੱਚੇ ਦਿਮਾਗ ਦਾ
100 ਤੋਂ ਵੀ ਘੱਟ ਕਰ ਲਓ ਜਦੋਂ ਉਹਨੂੰ ਕਿਤੇ ਕਿਹਾ ਵੀ ਗੱਲ ਸੁਣ ਲੈ ਗੌਰ ਨਾਲ, ਕਿਤੇ ਉਹਨੂੰ ਕਿਹਾ ਹੋ ਪਠਾਨ ਨੇ ਪਸ਼ਤੋ ਚ ਫਿਰ ਉਹਨੇ ਕਿਹਾ ਹਾਂ, ਉਹਨੇ ਕਿਹਾ ਨਹੀਂ ਖਾ ਦਾ ਪਾਕਿਸਤਾਨ ਤੇ ਆਪਣੇ ਫੋਟੋ ਤੇ ਤਾਰੋ ਨੂੰ ਪਤਾ ਲੱਗਾ ਹਾਂ, ਤੇ ਤਾਰੋ ਨੂੰ ਪਤਾ ਲੱਗਾ ਵੀ ਫੌਜ ਕੀ ਹੋਈ ਗਾ। ਲਓ ਜੀ ਤਸਲੀਮ ਸਾਹਿਬ, ਕਿਆ ਬਾਤ ਹੈ, ਕਿਆ ਬਾਤ ਹੈ, ਮਾਸ਼ਾਅੱਲਾ ਤੁਸੀਂ ਬੜੇ ਫਨਕਾਰ ਹੋ ਔਰ ਇਸ ਤਰ੍ਹਾਂ ਦੀਆਂ ਬੇਸ਼ੁਮਾਰ ਐਟਮਾਂ ਨੇ। ਹਾਂਜੀ ਹਾਂਜੀ, ਇਤਨਾ ਕੰਮ ਔਰ ਅਸੀਂ ਤਾਂ ਸੁਣੀਆਂ ਨੇ। ਚਲੋ ਹੁਣ ਇਹ ਹਿਸਾਬ ਹੋ ਗਿਆ ਕਿ ਸ਼ਾਂਤ ਸਾਹਿਬ ਮੈਂ ਨਾ ਹੁਣ ਮਾਈ ਦੀ ਚੁੱਕੀ ਚ ਅਲਹਮਦੁਲਿਲਾ ਮੇਰਾ ਖਿਆਲ ਕਹਿੰਦਾ ਆ ਕਿ ਵੀ ਅਵਾਰਡ ਰੱਖਿਆ ਜਾਵੇ ਨਾ ਮਾਈ ਦੀ ਚੁੱਕੀ ਚ, ਮੈਂ ਬਾਹਰ ਦੀ ਗੱਲ ਨਹੀਂ, ਬਿਲਕੁਲ ਜਿਹੜਾ ਇੱਥੇ ਹਸਾਏਗਾ ਨਾ ਬਹੁਤਾ ਉਹਨੂੰ ਅਵਾਰਡ ਦਿੱਤਾ ਜਾਏਗਾ। ਸਰ ਜੀ ਨੇ ਮਾਈ ਦੀ ਚੁੱਕੀ, ਠੀਕ ਹੈ, ਤੇ ਮੈਂ ਸਰ ਜੀ ਅੱਖਾਂ ਬੰਦ ਕਰਕੇ ਅਵਾਰਡ ਮੇਰਾ ਬਿਲਕੁਲ ਐਸਾ ਹੀ ਬਿਲਕੁਲ ਐਸਾ, ਕੋਈ ਸ਼ੱਕ ਨਹੀਂ। ਹਾਂ, ਕਿਉਂਕਿ ਮਾਇਰੀ ਝੁੱਗੀ ਉਹ ਜਗ੍ਹਾ ਹੈ ਕਿ ਜਿੱਥੇ ਬੜੇ ਬੜੇ ਫਨਕਾਰ ਰਹਿੰਦੇ ਨੇ ਔਰ ਫਨਕਾਰਾਂ ਦਾ ਉਹ ਮਤਲਬ ਫਨਕਾਰਾਂ ਦਾ ਘਰ ਹੈ ਉਹ, ਅਤੇ ਉਹਨਾਂ ਫਨਕਾਰਾਂ ਨੂੰ ਮਤਲਬ ਹਸਾਉਣਾ ਕੋਈ ਮਾਮੂਲੀ ਗੱਲ ਤਾਂ ਨਹੀਂ। ਫਿਰ ਉਹ ਲੋਕ ਜਿਹੜੇ ਵੱਡੇ ਲੋਕ ਨੇ, ਪੱਕੇ ਲੋਕ ਨੇ, ਕੁਛ ਨਾ ਕੁਛ ਸਿੱਖਿਆ ਬੜਾ ਕੰਮ ਹੈਗਾ। ਅੱਛਾ, ਉਹਨਾਂ ਦੇ ਉਸਤਾਦ ਜੀ ਇੱਕ ਤਾਂ ਹੁੰਦਾ ਨਾ ਕਿ ਬੰਦਾ ਜੁਗਤ ਦਾ ਮੂਡ ਬਣਾਉਂਦਾ, ਜ਼ਿਹਨ ਬਣਾਉਂਦਾ, ਦਿਮਾਗ ਬਣਾਉਂਦਾ। ਅੱਛਾ, ਉਹਨਾਂ ਦਾ ਇਹ ਨਹੀਂ ਹੁੰਦਾ, ਉਹਨਾਂ ਨੇ ਅਚਾਨਕ ਹੀ ਗੱਲ ਕਰਨੀ ਹੈ ਤੇ ਅਚਾਨਕ ਹੀ ਬਾਤ ਕਰਨੀ ਤੇ ਐਡੀ ਅੱਛੀ ਗੱਲ ਕਰਨੀ, ਆਮਦ ਵਾਲੀ ਗੱਲ ਕਰਨੀ, ਬੰਦਿਆਂ ਦੀ ਗੱਲ ਕਰਨੀ। ਉੱਥੇ ਅਸੀਂ ਆਪਣੀ ਮਤਲਬ ਜਦੋਂ ਅਸੀਂ, ਸਾਨੂੰ ਪੱਕੀ ਤਰ੍ਹਾਂ ਯਾਦ ਹੈ ਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ, ਅੱਲਾ ਬਖਸ਼ੇ ਉਹਨਾਂ, ਅੱਲਾ ਉਹਨਾਂ ਨੂੰ ਦਰਜਾਤ ਬੁਲੰਦ ਕਰੇ, ਸਾਡੇ ਚੌਂਕ 'ਚ ਬੈਠੇ ਹੁੰਦੇ ਸੀ ਕਿਉਂਕਿ ਸਾਡੇ ਮੌਸਮ ਸੀ, ਠੀਕ ਹੈ ਕਿ ਨਹੀਂ। ਇਕਬਾਲ ਹੁਸੈਨ ਸੱਸੀ ਵਾਲੇ ਉਹ ਖਾਨ ਸਾਹਿਬ ਸ਼ਾਗਿਰਦ ਸੀ ਇਹਨਾਂ ਦੇ, ਨੁਸਰਤ ਖਾਨ ਸਾਹਿਬ ਦੇ, ਤੇ ਉਹਨਾਂ ਨੂੰ ਮਿਲਣ ਵਾਸਤੇ ਆਉਂਦੇ ਹੁੰਦੇ ਸੀ, ਤੇ ਉਦੋਂ ਸਾਦਕ ਰਿਆਣੀਆ ਸਾਹਿਬ ਵੀ ਹੁੰਦੇ, ਜਾਨੀ ਬਰੀਕ ਰੂਹਾਂ ਜਿਹੜੀਆਂ ਸੀ ਨਾ, ਮੀਆਂ ਸ਼ੌਕ ਹੁਸੈਨ ਤਬਲਾ ਨਵਾਜ਼ ਲਾਹੌਰ ਵਾਲੇ, ਵੱਡੀ ਦੁਨੀਆ ਜਿਹਨਾਂ ਦਾ ਪੂਰੀ ਦੁਨੀਆ 'ਤੇ ਆਸਾਨੀ ਨਹੀਂ ਹੋਇਆ, ਬੇਸ਼ੱਕ ਐਸੀ ਦੁਨੀਆ ਅਸੀਂ ਵੇਖੀ ਹੈ ਉੱਥੇ ਮਾਇਰੀ ਝੁੱਗੀ ਬੈਠੀ, ਐਸੀ ਦੁਨੀਆ ਆਉਂਦੀ ਅਤੇ ਉਹਨਾਂ ਦੇ ਵਿੱਚ ਗੱਲਾਂ ਹੁੰਦੀਆਂ ਵੀ। ਹਾਂਜੀ ਬਿਲਕੁਲ, ਅਤੇ ਹੁਣ ਵੀ ਤੁਸੀਂ ਚਲੋ ਜਾਓ, ਜਿਹੜਾ ਬਹੁਤਾ ਗਰੀਬ ਹੋਏਗਾ ਬਹੁਤੀ ਉਜੂਕਤਾਂ ਕਰੇ, ਜਿਹੜਾ ਬਿਲਕੁਲ ਨਿਲ ਹੋਏਗਾ ਕੰਮ 'ਤੇ ਨਹੀਂ ਜਾਏਗਾ ਉਹ ਹਾਜ਼ਰ ਦਿਮਾਗ ਹੋਏਗਾ, ਬਿਲਕੁਲ ਕੰਮ ਹੀ ਹੈ ਨਾ। ਹਾਂਜੀ ਕੋਈ ਨਹੀਂ, ਹਾਂਜੀ 6 ਦਿਨ ਵਿਹਲੇ ਜਿਵੇਂ ਦੀ ਛੁੱਟੀ ਆ ਛੁੱਟੀ ਉਹਨਾਂ ਦਾ ਇਹ ਹਿਸਾਬ ਵੀ ਜਿਹੜਾ ਬਹੁਤਾ ਵਿਹਲਾ ਹੋਏਗਾ ਬਹੁਤਾ ਫਰੈਸ਼ ਹੋਏਗਾ ਉਹ ਜਿਹੜਾ ਸਟਾਈਲ, ਬਿਲਕੁਲ ਐਸੀ। ਲਓ ਜੀ ਤਸਲੀਮਾਬਾਦ ਸਾਹਿਬ, ਬੜਾ ਮਜ਼ਾ ਆਇਆ ਜੀ ਗੱਪ ਸ਼ੱਪ ਦਾ, ਬਹੁਤ ਥੈਂਕ, ਔਰ ਇਨਸ਼ਾਅੱਲਾ ਫਿਰ ਕਿਸੇ ਦਿਨ ਇਸੇ ਤਰ੍ਹਾਂ ਗੱਪ ਸ਼ੱਪ ਲਾਵਾਂਗੇ ਔਰ ਇਸੇ ਤਰ੍ਹਾਂ ਦਾ ਕੋਈ ਹੋਰ ਇੱਕ ਅੱਧਾ ਵਾਕਿਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਨਸ਼ਾਅੱਲਾ। ਮੈਂ ਜਿਹੜੇ ਸਾਨੂੰ ਪਿਆਰ ਮੁਹੱਬਤ ਵਾਲੇ ਵੇਖਣ ਵਾਲੇ ਨੇ, ਅੱਲਾ ਪਾਕ ਇਹਨਾਂ ਦੇ ਬੇੜੇ ਖੁਸ਼ੀਆਂ ਦੇ ਨਾਲ ਭਰੇ ਰੱਖਣ, ਇਹਨਾਂ ਨਾਲ ਸਾਡਾ ਬੜਾ ਨਿਜ਼ਾਮ ਹੈ, ਇਹ ਲੀਡ ਹੈ ਸਾਡੀ, ਆਕਸੀਜਨ ਆ ਸਾਡੇ ਵਾਸਤੇ ਜਿਹੜੇ ਸਾਨੂੰ ਵੇਖਦੇ ਨੇ, ਇਹ ਪਿਆਰ ਕਰਦੇ ਨੇ, ਸਾਡੀਆਂ ਪੇਮੈਂਟਾਂ ਵੱਧ ਜਾਂਦੀਆਂ, ਸਾਡੇ ਰਿਜ਼ਲਟ ਵੱਧ ਜਾਂਦੇ, ਬਿਲਕੁਲ ਸਹੀ ਠੀਕ ਨਹੀਂ। ਲੇਕਿਨ ਰਿਕੁਐਸਟ ਹੈ ਕਿ ਸ਼ਾਂਤ ਸਾਹਿਬ ਦਾ ਚੈਨਲ ਲਾਈਕ ਔਰ ਸਬਸਕ੍ਰਾਈਬ ਕਰਨਾ ਔਰ ਜਿਹੜੀ ਬੈਲ ਵਾਲੀ ਹੈ ਨਾ ਬਟਨ ਘੰਟੀ, ਉਹ ਦਬਾਉਣਾ ਕਿਉਂਕਿ ਉਹ ਘੰਟੀ ਖੜਕੇਗੀ ਤੇ ਸਾਡੇ ਤੱਕ ਪਹੁੰਚ ਜਾਏਗੀ। ਇਨਸ਼ਾਅੱਲਾ ਅਸੀਂ ਇਹਦੇ ਵਿੱਚ ਹੀ ਆਪਣੇ ਦਿਲ ਦੇ ਅਵਾਲ, ਦਿਲ ਦੇ ਦੁੱਖ ਤੇ ਪਿਆਰ ਵਰਗੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ ਇਨਸ਼ਾਅੱਲਾ ਇਸ ਚੈਨਲ ਤੇ, ਤੁਹਾਨੂੰ ਨਜ਼ਰ ਆਉਂਦੇ ਨਜ਼ਰ ਆਉਂਦੇ। ਬਹੁਤ ਸ਼ੁਕਰੀਆ ਜੀ, ਅੱਲਾ ਹਾਫਿਜ਼।